कुर्सी की बनू आ बंदा बड़ा जी अच्छा दो किलो फीम तीन किलो भुकी एक मोबाइल फोन सानू डर है एक ध्यान कहता ग्रुप शामिल हो नहीं ए आपा सरकार ए तुहानू दिखाऊगी सरकार लोकां नूं नहीं दिखाऊगी ए दी रात नूं गड़कंचा होगा जे हाथ हसण वाली गल कोई नहीं है जी जो देखती मैं बैठा इहनूं कोल चुप बैठा चले बाहर तरीके तरीके नाल ठीक है जी तू हुण दस ए मोबाइल किवें चक्किया जी बस मिल गया जी सुते हुए सी रात नूं हां जी मैं कंध टप के टप लिया जी अच्छा खिंचती मेरे हेड कॉन्स्टेबल सरबजोत सिंह ने बहुत ही अपनी जान से खेड के ये मोबाइल फोन ये चोर बरामद किया पुछे भैन चो तो थोड़ा इन्हें नहीं पता पुलिस क्यों डोके बैठी उसे भी मिनटा चक लेंगे मेनू ऐ दसो जी आज भज के फड़िया अच्छा जेडी आपां भुक्की ते फीम फड़ी है ओह आपां किन्ने क रुपए च देनी है ए जी थोनू असीं ए दसांगे जो असीं बेचांगे ठीक उस तों बाद अच्छा हूँ थोड़ा बता अभी रखना मतलब साढ़े भी जैसे हक बनता अभी जो फड़िया है हम ए अर का बंदा कितने फड़ लू आप सोचो बहुत औखा जी औखा कि नहीं सू भी लौड़ है कुछ खाड़ की सवाल पूछना शुरू करे पहला चलो हाँ बंदा कहू फड़े जी ए बंद ने भी मोबाइल चुके ਕਿਹੜਾ ਚੱਕਿਆ ਆ ਜੀ ਆ ਕਿਹੜਾ ਪਿੰਗ ਅੱਛਾ ਜੀ ਇਹ ਹੈਗਾ ਜੀ ਸਿਲਵਰ ਦੇ ਕਲਰ ਦਾ ਮੋਬਾਈਲ ਹੈ ਇਹ ਬੰਦੇ ਨੇ ਤੂੰ ਬਈ ਕਾਕਾ ਰਾਤ ਨੂੰ ਚੱਕਿਆ ਜਿਵੇਂ ਆਣਾ ਫੋਨ ਆ ਗਿਆ ਤੇਰਾ ਫੋਨ ਆ ਗਿਆ ਜੀ ਕੋਈ ਮੈਂ ਜਾ ਇੱਕ ਮੇਰਾ ਫੋਨ ਹੈ ਜੀ ਇਹ ਮੇਰਾ ਫੋਨ ਹੈ ਮੇਰਾ ਫੋਨ ਹੈ ਜੀ ਮਾਤ ਉਹ ਪ੍ਰਾਈਵੇਟ ਹੁੰਦੀ ਜੀ ਹੈਲੋ ਹਾਂ ना ना वो तेरा फुफड़ जा साला जिस थाने बढ़ाया जी कम है साला अही तेरे नौकर लगे हैं मैं बोलता मैं सदा थाने आ जा ले जाके मस्त दे दे पैसे लगने ने दे साड़ी सेवा दस यार नहीं सपच कर कर एक रुपया नहीं कटाउणा इस एक रुपया नहीं कटाउणा जी एक रुपया बाय बाय
ਬਾਜੀ ਆਓ ਹੋ ਗਈ ਗੱਲ ਮਾੜੀ ਜੀ ਕਰਦਾ ਆਪਾਂ ਮੌਕੇ ਦੇਖਾਂਗੇ ਬਾ ਮੋਬਾਈਲ ਚੱਕਿਆ ਹੀ ਨੇ ਕਿ ਹੋਰ ਵੀ ਇਹਨੇ ਇੱਕ ਮਰਡਰ ਕੀਤਾ ਜੀ ਕਿਹੜਾ ਕੀਤਾ ਮਰਡਰ ਕਿਹੜਾ ਕੀਤਾ ਜੀ ਇਹ ਇੱਕ ਜੀ ਉਰੇ ਨਾ ਮਤਲਬ ਬੰਦਾ ਆ ਰਿਹਾ ਪਿੱਛੇ ਕਲੋਨੀ ਚ ਮਤਲਬ ਚੁੰਡੀ ਪੱਟੀ ਸੀ ਜੀ ਮੈਂ ਕਿਹਾ ਬੰਦ ਨਹੀਂ ਆ ਉਹ ਕੀ ਪਾਇਆ ਉਹਦੀ ਟਕੈਣ ਹੈ ਇਹਦੀ ਰਾਸ਼ਨ ਪਾਣੀ ਜੀ ਉਹ ਸਾਡਾ ਚੁੰਡੀ ਪੱਟੀ ਇਹਦੇ ਕੋਲ ਰੁਪਈਆ ਨਹੀਂ ਜੇਬ ਚ ਇਹ ਗਿਆ ਰਾ ਮੈਗੀ ਲੈਣ ਤੋ ਪੁੱਛੇ ਤੇ ਜ਼ਰੂਰੀ ਮੈਗੀ ਜੋ ਕੇ ਲੈਣੇ ਆ ਮੈਗੀ ਜ਼ਰੂਰੀ ਖਾਣੀ ਹੈ ਪਤਾ ਲੱਗੇ ਨਹੀਂ ਪੈਸੇ ਨਾ ਖਾਓ ਉਹ ਕਹਿੰਦਾ ਮੈਗੀ ਦੇ ਕਹਿੰਦਾ ਪੈਸੇ ਦੇ ਇਹਨੇ ਕਰਤਾ ਖੂਨ ਰੱਖਣ ਹੁਣ ਇਹਨੂੰ ਮੈਂ ਕਿੱਥੋਂ ਸੁਣਾਵਾਂਗਾ ਮੈਂ ਨਹੀਂ ਠੀਕ ਹੈ ਇਹ ਮੈਗੀ ਲੈ ਦਿੰਦੇ ਆਪਾਂ ਜੈ ਜੈ ਨਾਲ ਗੱਲ ਇੱਕ ਮਿੰਟ ਜੀ ਫੋਨ ਆ ਗਿਆ ਮਾੜਾ ਜੀ ਹੈਲੋ ਜੀ ਫੋਨ ਹੁੰਦੇ ਨਹੀਂ ਆਪਣੇ ਹਾਂਜੀ ਟਰੈਕਟਰ ਵਾਕਰ ਦੇ ਬੋਲਦਾ ਜੀ ਅਗਲਾ ਪ੍ਰਸ਼ਨ ਜੀ ਅਗਲਾ ਪ੍ਰਸ਼ਨ ਸ਼ਰੀਫ ਵਾਲੇ ਇਲਾਕੇ ਜੇ ਇਹੋ ਜਿਹਾ ਕਿਥੋਂ ਆ ਗਿਆ ਠੰਡਾ ਲਿਆ ਠੰਡਾ ਲਿਆ ਠੰਡਾ ਦੇ ਨਹੀਂ ਪਾਣੀ ਲਿਆ ਦਿੰਦਾ ਹੋਰ ਜਿਆਦਾ ਅਗਲਾ ਕੁਛ ਨੀ ਪ੍ਰਸ਼ਨ ਬੰਦਾ ਦੇਖਣ ਜੀ ਹਰਾਮੀ ਲੱਗਦਾ ਜੀ ਮੈਨੂੰ ਚੋਰੀ ਕਰਦੇ ਹੋਏ ਸ਼ਰਮ ਨੀ ਆਉਂਦੀ ਦਰਅਸਲ ਮੈਂ ਨਾ ਔਖਾ ਹੈ ਸਮਝਦੇ ਹੋ ਨਾ ਹਾਂਜੀ ਤੇ ਉਹ ਜਿਹੜਾ ਮੇਰਾ ਨਾਂ ਦਾ ਕੋਂਸਟੇਬਲ ਹੈ ਨਾ ਉਹ ਹੈ ਨੀ ਅੱਜ ਤੁਹਾਨੂੰ ਪਤਾ ਹੀ ਹੈ ਫਿਰ ਨਹੀਂ ਤੁਸੀਂ ਇੰਸਪੈਕਟਰ ਸਾਹਿਬ ਜੋਗਿੰਗ ਜੂਗਿੰਗ ਤੇ ਨੀ ਜਾਂਦੇ ਤੁਸੀਂ ਹਾਂਜੀ ਅਗਲਾ ਪ੍ਰਸ਼ਨ ਟਾਈਮ ਨਹੀਂ ਹੈ ਮੇਰੇ ਕੋਲ ਮੈਂ ਜਾਣਾ ਮਤਲਬ ਪੁੱਛ ਕੁਛ ਨਾ ਪੁੱਛ ਜੀ ਅਸੀਂ ਸੁਣਿਆ ਜੀ ਇਹ ਪਾਰਕ ਦਾ ਕੁੜੀਆਂ ਖੇਡਦਾ ਜੀ ਇਹ ਹਾਂਜੀ ਅਖਬਾਰ ਚ ਫੋਟੋ ਆਈ ਹੈ ਜੀ ਇਹਦੀ ਹਾਂਜੀ ਇਹ ਗਵਾਂਡਡ ਵੀ ਫਸਾਈ ਹੈ ਜੀ ਇਹਨੇ ਰੋਜ਼ ਕੋਠਾ ਟੱਪ ਜਾਂਦਾ ਜੀ ਇਹ ਮਸ਼ੂਕ ਨੂੰ ਲੈ ਕੇ ਗਿਆ ਜੀ ਬਦਲੀ ਹੋ ਗਈ ਥਾਣੇ ਦਾ ਨਾਮ ਮਾਰਿਆ ਪਿਆ ਛੱਡ
तेल भी लवा लो जी हुण ए जी बड़ा आ देखो कच्चे पड़ गए ने पड़ गए कर दो मटर जी कर दो रोज दारू पींदा जी ठेके ते जाके दारू पी के लड़दा जी ये Gracias.